वेलकम टू खन्ना न्यूज लाइव। खन्ना दे पुराने बस स्टैंड विच सरकारी अते प्राइवेट बस कंडक्टर अते ड्राइवर आपस विच उलझ गए। दोवें बसां वालियां ने जीटी रोड ते बसां विचकार खड़ियां करके आपस विच झगड़ा करना शुरू कर दिता, जिस नाल सवारियां विच दहशत दा माहौल बन गया, जिस नाल आउण जाण वाले वाहनां दीआं लंबीआं कतारां लग गईआं अते आउण जाण वाले वाहनां नूं भारी दिक्कतां दा सामना करना पिया। इह ड्रामा तकरीबन अद्धा पौणा घंटा चलदा रिहा। मौके ते खन्ना ट्रैफिक दे इंचार्ज परमजीत सिंह ने स्थिति नूं संभालिया। दोवें बसां वालियां नूं समझाउण दी कोशिश कीती गई पर दोवें बसां वाले टस तों मस नहीं होए। प्राप्त जानकारी अनुसार सरकारी PB06BC0217 अते PB11VU0625 बस वालियां दा समें नूं लै के आपस विच झगड़ा हो गया। समें नूं लै के दोवें बस कंडक्टर अते ड्राइवर आपस विच झगड़न लग पए अते सरकारी बस दे ड्राइवर अते कंडक्टर ने प्राइवेट बस वालियां ते गुंडागर्दी करन दे दोष लगाए हन। उन्हां कहा कि प्राइवेट बस वालियां ने सरहंद विखे अपनी बस नूं साडी बस दे मूहरे लगा के रोकिया अते दूजी वार खन्ना विखे बस नूं मूहरे लगा के रोकिया, जदके असीं अपने समें अनुसार बस चलाई है। दूसरे पासे दोवें बसां दीआं सवारियां ने प्राइवेट बस वालियां ते गुंडागर्दी करन दे आरोप लगाए हन। मुसाफरां ने कहा कि असीं सरकारी बस विच बैठे सी पर प्राइवेट बस वालियां ने गुंडागर्दी करदे होए दो वार बस नूं मूहरे लगा के रोकिया अते साडे नाल छोटे छोटे बच्चे हन जो डरे अते सहमे होए हन। प्राइवेट बस वालियां नूं पता नहीं के किन्नियां कीमती जानां बसां विच सफर करदियां हन। बस वाले सवारी चक्कण दे चक्कर विच बसां नूं इक दूजे तों पछाप जा के मूहरे लगाउंदे हन। इन्हां नूं किसी दी जान दा कोई फिकर नहीं। इन्हां तेज रफ्तार बसां भजाउण वालियां ते कानूनी कारवाई होनी चाहीदी है। दूजे पासे प्राइवेट बस वालियां ने सरकारी बस दे ड्राइवर अते इल्जाम लाउंदे होए कहा कि समां साडा सी, असीं अपने समें अनुसार चल रहे सन पर सरकारी बस वाले साडे समें दीआं सवारियां अपनी बसां विच चढ़ा रहे सी, जिस कारण इह झगड़े दी नौबत आई। मौके ते पहुंचे खन्ना ट्रैफिक दे इंचार्ज परमजीत सिंह ने दोवें बसां नूं जांच पड़ताल लई सिटी 2 विच भेज दिता। ਸਵਾਰੀਆਂ ਬੈਠੀਆਂ ਸਵੇਰ ਦੀਆਂ, ਇਹ ਪ੍ਰਾਈਵੇਟਾਂ ਦਾ ਰੌਲਾ ਜੀ, ਪ੍ਰਾਈਵੇਟ ਲੋਕਲ ਇਹਨਾਂ ਜਾਣਾ ਵਾ ਪਟਿਆਲੇ ਤੋਂ ਚੱਲਦੀ ਆ ਗੱਡੀ। ਇਹ ਕਹਿੰਦਾ ਜੀ ਮੇਰੇ ਪਿੱਛੇ ਲਾਉਣੀ ਆ ਗੱਡੀ, ਤੂੰ ਕਹਿੰਦਾ ਮੇਰੇ ਪਿੱਛੇ ਜਿੱਥੋਂ ਤੱਕ ਜਲੰਧਰ ਤੱਕ, ਕਹਿੰਦਾ ਮੇਰੇ ਪਿੱਛੇ ਪਿੱਛੇ ਖੜਨੀ ਆ ਗੱਡੀ, ਮੈਂ ਅੱਗੇ ਨਹੀਂ ਲੰਘਣ ਦੇਣਾ। ਫਿਰ ਉੱਥੇ ਸਰਹੰਦੇ ਨੇ ਧਮਕੀ ਦਿੱਤੀ, ਕਹਿੰਦਾ ਖੰਨੇ ਥੱਲੇ ਨਹੀਂ ਆਉਣਾ, ਖੰਨੇ ਤੁਸੀਂ ਉੱਤੋਂ ਦੀ ਜਾਣਾ। ਇਹਦੇ ਮਗਰ ਜਦ ਕੇ ਇਹਦੇ ਮਗਰ ਮੈਂ ਗੱਡੀ ਆ, ਇਹਦੇ ਮੇਰੇ ਅੱਗੇ ਦਾ ਟਾਈਮ ਆ, ਇਹਦੇ ਮਗਰ ਹੀ ਮੇਰੀ ਗੱਡੀ ਆ, ਇਹਦੇ ਮਗਰ ਸਰਕਾਰੀ ਟਾਈਮ ਆ, ਸਰਕਾਰੀ ਟਾਈਮ ਦੇ ਵਿੱਚ ਗੱਡੀ ਆ ਮਗਰ, ਅਤੇ ਇਹ ਫਿਰ ਵੀ ਉਲਟਾ ਡੱਕਦੇ ਆ ਗੱਡੀ ਜੀ। ਉੱਥੇ ਖੰਨੇ ਗੱਡੀ ਡੱਕੀ ਆ, ਸਵਾਰੀਆਂ ਮੇਰੀਆਂ ਜਿਹੜੀਆਂ ਵਾ ਗਵਾਹ ਵਾ, ਇਹਨਾਂ ਨੂੰ ਪੁੱਛ ਸਕਦੇ ਤੁਸੀਂ ਸਵਾਰੀਆਂ ਵੀ ਗੱਡੀ ਡੱਕੀ। ਤੁਹਾਨੂੰ ਲੱਗਦਾ ਜੀ ਜਿਵੇਂ ਹੁਣ ਸਰਕਾਰ ਬਦਲ ਗਈ, ਹਰੇ ਵੀ ਪ੍ਰਾਈਵੇਟ ਬੱਸਾਂ ਨੇ ਗੁੰਡਾਗਰਦੀ? ਮੈਡਮ ਬਿਲਕੁਲ ਜੀ, ਅਸੀਂ ਇਹ ਕਹਿੰਦੇ ਆ ਵੀ ਅਸੀਂ ਇੱਦਾਂ ਕਰਤਾ ਵਾ, ਸਰਕਾਰ ਕਹਿੰਦੀ ਆਪਾਂ ਇੱਦਾਂ ਕਰਤਾ, ਇੰਨੀ ਅਸੀਂ ਕਰਦੀ ਆ, ਪਰ ਸਾਨੂੰ ਅਸੀਂ 12 ਸਾਲ ਹੋ ਗਏ ਆ ਜੋ ਪਹਿਲਾਂ ਚੱਲਦਾ ਆਉਣ ਡਿਆ ਸੀਗਾ, ਪਹਿਲਾਂ ਵੀ ਇਹੋ ਗੁੰਡਾਗਰਦੀ ਹੁੰਦੀ ਰਹੀ ਆ, ਹੁਣ ਵੀ ਇਹੋ ਗੁੰਡਾਗਰਦੀ ਆ। ਕਿਹੜੀ ਕੰਪਨੀ ਦੀ ਬੱਸ ਜੀ ਪ੍ਰਾਈਵੇਟ? ਇਹ ਖਟਰਾ ਸਿੰਡੀਕੇਟ ਸਿੰਘ ਹੈ ਜੀ। ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ? ਮੈਂ ਜਲੰਧਰ ਤੱਕ ਜਾਣਾ ਸੀ, ਸਰਹੰਦ ਤੋਂ ਬੱਸ 'ਚ ਚੜ੍ਹਿਆ ਇਸ 'ਚ, ਪੰਜਾਬ ਰੋਡ ਬਟਾਲਾ ਡਿਪੂ ਦੀ ਬੱਸ, ਔਰ ਸਰਹੰਦੀ ਇਹ ਖਟੜਾ ਬੱਸ ਵਾਲਿਆਂ ਨੇ PB11BU0625 ਨੰਬਰ ਹੈ, ਪਟਿਆਲਾ ਤੋਂ ਪਠਾਨਕੋਟ ਬੱਸ ਸੀ, ਇਹਨਾਂ ਨੇ ਸਰਹੰਦੀ ਸਰਕਾਰੀ ਬੱਸ ਦੇ ਮੂਹਰੇ ਲਾ ਲਈ ਬੱਸ, ਔਰ ਉੱਥੋਂ ਇਹਨਾਂ ਨੇ ਰੋਕ ਕੇ ਕਿੰਨਾ ਚਿਰ ਰੋਕੀ ਰੱਖੀ ਬੱਸ, ਫਿਰ ਅੱਗੇ ਤੁਰੀ ਆ, ਔਰ ਖੰਨੇ ਆ ਕੇ ਫਿਰ ਇਹਨਾਂ ਨੇ ਮਤਲਬ ਬੱਸ ਰਸਤਾ ਰੋਕ ਕੇ ਮੂਹਰੇ ਕਰਤੇ ਵੀ ਤੁਸੀਂ ਬੱਸ ਕੱਢ ਨਹੀਂ ਸਕਦੇ। ਕੰਡਕਟਰ ਇਹਨਾਂ ਦਾ ਇਹ ਕਹਿੰਦਾ ਸੀਗਾ ਵੀ ਬੱਸ ਉੱਪਰ ਦੀ ਲੈ ਕੇ ਜਾਓ, ਤੁਸੀਂ ਅੱਡੇ 'ਚ ਨਹੀਂ ਬੱਸ ਲਿਆਉਣੀ, ਫਿਰ ਲੰਘ ਜਾਓ, ਨਹੀਂ ਤਾਂ ਤੁਸੀਂ ਇਸ ਤਰ੍ਹਾਂ ਬੱਸ ਅੱਗੇ ਨਹੀਂ ਕੱਢੋਗੇ। ਸਾਡੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਦਾ ਕਰਿੰਦਾ ਵੀ ਸੀਗਾ ਵੀ ਸਵਾਰੀ ਦੀ ਆਪਣਾ ਪ੍ਰੈਰੋਗੇਟਿਵ ਆ ਵੀ ਉਹਨੇ ਕਿਹੜੀ ਬੱਸ ਲੈਣੀ ਆ, ਕਿਹੜੀ ਬੱਸ 'ਚ ਬੈਠਣਾ, ਵੀ ਤੁਸੀਂ ਇੱਦਾਂ ਕਿਉਂ ਰੋਕਦੇ ਹੋ, ਇਹ ਰੋਕਣਾ ਗਲਤ ਹੈ ਤੁਹਾਡਾ। ਪਰ ਇਸ ਸਭ ਦੇ ਬਾਵਜੂਦ ਉਹਨਾਂ ਨੇ ਬਿਲਕੁਲ ਇਹ ਧੱਕਾ ਜਿਹੜਾ ਉਹ ਕੀਤਾ, ਔਰ ਉਸ ਧੱਕੇ ਤੋਂ ਬਾਅਦ 'ਚੋਂ ਅੱਜ ਇੱਥੇ ਥਾਣੇ ਆਏ ਹਾਂ ਤਾਂ ਅਸੀਂ ਬਿਆਨ ਲਿਖਾਇਆ, ਪੂਰੀ ਹਰਾਸ਼ਮੈਂਟ ਆ ਜਿਹੜੀ ਉਹ ਸਵਾਰੀਆਂ ਨਾਲ ਹੋਈ ਆ, ਔਰ ਅਸੀਂ ਲੇਟ ਵੀ ਹੋਏ ਹਾਂ ਜਿੱਥੇ ਜਾਣਾ ਸੀਗਾ, ਪਰ ਕਿਉਂਕਿ ਇਹ ਸਾਨੂੰ ਲੱਗਿਆ ਵੀ ਇਹ ਬਦਮਾਸ਼ੀ ਹੈ, ਦੋ ਵਾਰੀ ਇਸ ਤਰ੍ਹਾਂ ਕਰਨਾ ਇਹ ਠੀਕ ਨਹੀਂ ਹੈ, ਔਰ ਜਦੋਂ ਹੁਣ ਆ ਕੇ ਦੇਖਿਆ ਉਹਨਾਂ ਨੇ ਆਪਣਾ ਪਰਮਿਟ ਦਿਖਾਇਆ, ਤਾਂ ਜਿਹੜੀ ਬੱਸ ਪਰਮਿਟ 'ਤੇ ਪ੍ਰਾਈਵੇਟ ਚੱਲਣੀ ਚਾਹੀਦੀ ਹੈ, 4 ਨੰਬਰ ਵਾਲੀ ਬੱਸ ਚੱਲ ਰਹੀ ਹੈ। ਤੋ ਸ਼ਰੇਆਮ ਇੱਕ ਧੱਕਾ ਜਿਹੜਾ ਪੰਜਾਬ 'ਚ ਇਹ ਚੱਲ ਰਿਹਾ, ਔਰ ਇਸ ਧੱਕੇ ਨੂੰ
RTO ਇਹ ਸਾਰੇ ਕੁਝ ਮਿਕਸ ਹੋ ਕੇ ਚੱਲੀ ਜਾ ਰਿਹਾ। ਇਸ ਨੂੰ ਕਾਬੂ ਕਰਨਾ ਚਾਹੀਦਾ, ਸਰਕਾਰ ਤੋਂ ਮੰਗ ਕਰਦੇ ਇਸ ਨੂੰ ਕਾਬੂ ਕਰੇ। ਇੱਕ 2 ਦਿਨ ਪਹਿਲਾਂ MLA ਸਾਹਿਬ, ਲੋਕਲ MLA ਸਾਹਿਬ ਨੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਵੀ ਜਿਹੜੀ ਵੀ ਬੱਸ ਆਓ ਲੰਘੂਗੀ ਖੰਨੇ ਤੋਂ, ਖੰਨੇ ਬੱਸ ਸਟੈਂਡ 'ਚ ਹੋ ਕੇ ਜਾਊਗੀ। ਤੁਹਾਨੂੰ ਨਹੀਂ ਲੱਗਦਾ ਵੀ ਉਹ MLA ਦੇ ਫੈਸਲੇ ਨੂੰ ਵੀ ਚੁਣੌਤੀ ਦੇ ਰਿਹਾ ਪ੍ਰਾਈਵੇਟ ਬੱਸਾਂ ਦੇ? ਦੇਖੋ ਜੀ, ਜੇ ਉਹਨਾਂ ਨੇ ਕਿਹਾ ਹੋਊਗਾ ਤਾਂ ਇਹ ਤਾਂ ਜੇ ਸਵਾਰੀ ਹੈ, ਸਵਾਰੀ ਉਤਾਰਨੀ ਉਹ ਥੱਲੇ ਆਏ ਨੇ, ਇਹ ਤਾਂ ਚੁਣੌਤੀ ਹੈ। ਮੈਂ ਤਾਂ ਹੁਣ ਉਹਨਾਂ ਨੇ ਆ ਕੇ ਜਦੋਂ ਇੱਥੇ ਅਸੀਂ ਬਿਆਨ ਲਿਖਾਉਣ ਆਇਆ ਸੀ ਤਾਂ ਗਵਾਹੀ ਦੇਣ ਆਏ ਸੀਗੇ, ਤਾਂ ਉਹਦੇ 'ਚ ਜਿਹੜਾ ਉਹਨਾਂ ਨੇ ਦਿਖਾਇਆ ਜਿਹੜੇ ਨੰਬਰ 'ਤੇ ਪਰਮਿਟ ਚੱਲ ਰਿਹਾ ਉਹਦੇ ਨਾਂ 'ਤੇ ਬੱਸ ਹੀ ਹੋਰ ਪਰਮਿਟ 'ਤੇ ਚੱਲ ਰਹੀ ਹੈ। ਕੀ ਪਤਾ ਉਸ ਨਾਂ 'ਤੇ ਕਿੰਨੀਆਂ ਬੱਸਾਂ ਚੱਲਦੀਆਂ ਹੋਣਗੀਆਂ। ਕੀ ਨਾਮ ਹੈ ਤੁਹਾਡਾ? ਭੁਪਿੰਦਰ ਸਿੰਘ। ਇੱਕ ਜਿਹੜਾ ਸਰਕਾਰੀ ਬੱਸ ਵਾਲੇ ਆਰੋਪ ਲਗਾ ਰਹੇ ਜੀ ਸਾਨੂੰ ਖਰਾਬ ਕੀਤਾ ਗਿਆ, ਕੁਛ ਅਜਿਹੀ ਗੱਲ ਹੈਗੀ ਸੱਚਾਈ ਕੀ ਹੈ? ਨਾ ਜੀ, ਨਾ ਕੋਈ ਖਰਾਬ ਨਹੀਂ ਕੀਤਾ ਜੀ। ਇਹ ਸਾਡੇ ਟਾਈਮ ਦੇ ਵਿੱਚ, ਟਾਈਮ ਦੇ ਵਿੱਚ ਗੱਡੀ ਲੈ ਕੇ ਵੜੀ ਹੈ ਜੀ ਇਹਨਾਂ ਨੇ ਬਗੈਰ ਟਾਈਮ ਤੋਂ, ਅਸੀਂ ਤਾਂ ਰੋਕਿਆ ਜੀ ਇਹਨੂੰ ਸਰਹੰਦ। ਅਸੀਂ ਮੈਂ ਕੰਡਕਟਰ ਹਾਂ ਜੀ ਬੱਸ ਦਾ। ਮੈਂ 8:44 'ਤੇ ਪਟਿਆਲੇ ਤੋਂ ਚੱਲ ਕੇ ਹਾਂ, 9:34 ਦਾ ਮੇਰਾ ਸਰਹੰਦ ਤੋਂ ਟਾਈਮ ਬਣਦਾ, ਇਹ 9:30 'ਤੇ ਮੇਰੇ ਮਗਰ ਆ ਕੇ ਸਵਾਰੀਆਂ ਚੜ੍ਹਾਈਆਂ, ਮੈਂ ਤਾਂ ਗੱਡੀ ਰੋਕੀ ਹੈ ਜੀ ਇਹਨਾਂ ਦੀ। ਤੁਹਾਨੂੰ ਲੱਗ ਰਿਹਾ ਜੀ ਗਲਤ ਹੈ ਜੀ? ਇਹ ਜਿਹੜੀ ਇਹਨਾਂ ਦੀ ਟਾਈਮ ਦਿੱਤਾ ਟਾਈਮ ਹੈ ਉਹਦੇ ਟਾਈਮ ਤੋਂ ਐਡਵਾਂਸ ਆ ਕੇ ਸਵਾਰੀਆਂ ਚੜ੍ਹਾਉਂਦੇ ਸੀ ਤਾਂ ਰੋਕਿਆ ਜੀ, 15 ਮਿੰਟ ਗੱਡੀ ਐਡਵਾਂਸ ਆਈ ਇਹਨਾਂ ਦੀ। ਸਰਕਾਰੀ ਗੱਡੀ ਕਿੰਨੇ ਕੁ ਵਜੇ ਚੱਲਦੀ ਹੈ? ਸਰਕਾਰੀ ਗੱਡੀ ਚੱਲ 9:01 'ਤੇ ਚੱਲ ਕੇ ਆਏ ਜੀ, ਮੇਰੇ ਤੋਂ 15 ਮਿੰਟ ਬਾਅਦ ਚੱਲ ਕੇ ਆਈ ਹੈ, ਮੇਰੇ ਮੂਹਰੇ ਆਈ ਹੈ ਤਾਂ ਸਵਾਰੀ ਰੋਕੀ। ਥਾਣੇ ਖੜੇ ਹੋ, ਕੀ ਦਰਖਾਸਤ ਦਿੱਤੀ ਹੈ? ਥਾਣੇ ਅਸੀਂ ਇਹੀ ਦਰਖਾਸਤ ਦਿੱਤੀ ਹੈ ਵੀ ਇਹ ਆਪਣੇ ਟਾਈਮ 'ਚ ਆਏ, ਅਸੀਂ ਆਪਣੇ ਟਾਈਮ 'ਚ ਜਾਵਾਂਗੇ, ਸਾਡਾ ਕੋਈ ਇੰਨਾ ਰੌਲਾ ਨਹੀਂ ਹੈਗਾ ਜੀ। ਕਿੰਨੇ ਦੇਰ ਹੋ? ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।